चढ़ाया है चंद, मैनू ऐसे चीज का डर सी। हाय हाय ਸਾਲਿਆ ਹੁਣ ਇਹ ਵੀ ਤੋੜਨ ਕਿ ਮੇਰੇ ਹਿੱਸਾ ਦੇਣ ਲੱਗਿਆ ਹੋਇਆ। ਆ ਜਾਓ ਧਿਆਨ ਨਾਲ ਪ੍ਰੋਫੈਸਰ ਸਾਹਿਬ, ਧਿਆਨ ਨਾਲ ਬਿਠਾ ਕੇ ਬਿਠਾ ਕੇ ਆ ਜਾਓ ਆ ਜਾਓ ਇੱਥੇ ਬਿਠਾ ਲਓ ਬਿਠਾ ਲਓ ਬਿਠਾ ਲਓ ਬਸ। ਹਾਏ ਮੈਨੂੰ ਤਾਂ ਛੱਡੋ, ਹੋਰ ਲਓ ਪੰਗੇ। ਕੁਝ ਵੀ ਕਹੋ ਪ੍ਰੋਫੈਸਰ ਸਾਹਿਬ, ਕੁੱਟਣਾ ਕੋਈ ਬਾਹਲੀ ਵੱਡੀ ਕਲਾ ਨਹੀਂ, ਕੁੱਟ ਖਾਣਾ ਉਸ ਤੋਂ ਵੀ ਵੱਡੀ ਕਲਾ ਹੈ ਜਿਹੜੀ ਤੁਹਾਡੇ ਚ ਕੁੱਟ ਕੁੱਟ ਕੇ ਭਰੀ ਹੋਈ ਹੈ। ਸਾਲਿਆਂ ਦੇ ਕਲਾ ਭਰੀ ਵੀ ਤਾਂ ਮੇਰੇ ਚ ਕੁੱਟ ਕੁੱਟ ਕੇ ਆ। ਹਾਏ ਮੰਮੀ, ਪ੍ਰੋਫੈਸਰ ਸਾਹਿਬ ਤੁਸੀਂ ਸੱਚੇ ਮਰਦ ਹੋ, ਜਿਹੜਾ ਕੁਛ ਤੁਸੀਂ ਕਰਕੇ ਮੈਥੋਂ ਤਾਂ ਨਹੀਂ ਹੋਣਾ ਸੀ। ਹਾਂ ਤੁਹਾਡੇ ਕੋਲ ਵਾਕਈ ਨਹੀਂ ਹੋਣਾ ਸੀ, ਕਿਉਂਕਿ ਤੁਸੀਂ ਇੱਕ ਸੱਚੇ ਤੇ ਸ਼ਰੀਫ ਇਨਸਾਨ ਹੋ ਸਤਨਾਮ ਜੀ। ਨਾ ਇਹ ਕਿਹੜੇ ਜੇਬ ਚਾਕੂ ਰੱਖਦੇ ਨੇ, ਇਹ ਵੀ ਸ਼ਰੀਫ ਹੀ ਨੇ। ਤੁਹਾਡੀ ਤਾਂ ਗੱਲ ਹੀ ਹੋ ਰਿਹਾ ਸਤਨਾਮ ਜੀ। ਕੀ ਹੋਇਆ, ਸੱਟਾਂ ਰੜਕਦੀਆਂ ਨੇ? ਇਹ ਹਾਏ ਸੱਟਾਂ ਦੀ ਨਹੀਂ, ਇਹ ਤਾਂ ਜਿਹੜਾ ਕੜੀ ਮੁੜੀ ਤੈਨੂੰ ਘੋਟ ਘੋਟ ਕੇ ਸਤਨਾਮ ਜੀ ਕਹਿੰਦੀ ਆ ਨਾ, ਇਹ ਉਹਦੀ ਰੜਕ ਪੈਂਦੀ ਆ। ਕੀ ਹੋਇਆ? ਰੜਕ ਪੈਂਦੀ ਆ। ਹਾਂ ਤਾਂ ਰੜਕ ਤਾਂ ਪੈਣੀ ਆ, ਇਸ ਉਮਰ ਚ ਟੁੱਟੀਆਂ ਹੱਡੀਆਂ ਅਗਲੇ ਜਨਮ ਚ ਵੀ ਦੁਖਦੀਆਂ ਰਹਿੰਦੀਆਂ। ਕੀ ਲੋੜ ਸੀ ਤੁਹਾਨੂੰ ਬਦਮਾਸ਼ਾਂ ਨਾਲ ਪੰਗਾ ਲੈਣ ਦੀ? ਹਾਂ ਹਾਂ ਪ੍ਰੋਫੈਸਰ ਸਾਹਿਬ ਦੱਸੋ, ਪ੍ਰੋਫੈਸਰ ਸਾਹਿਬ ਦੱਸੋ, ਉਹੀ ਗੱਲ ਸਾਹਮਣੇ ਦੱਸੋ ਨਾ ਹੁਣ ਮੂੰਹ ਤੇ। ਇਹ ਕਹਿੰਦੇ ਹੁੰਦੇ ਨੇ ਜੇ ਮੇਰੀ ਅੱਖਾਂ ਸਾਹਮਣੇ ਸਿਮਰਨ ਜੀ ਨੂੰ ਕੋਈ ਛੇੜੇ ਨਾ, ਮੈਨੂੰ ਬਰਦਾਸ਼ਤ ਨਹੀਂ ਹੁੰਦਾ। ਠੀਕ ਹੈ, ਬਦਮਾਸ਼ ਮੈਨੂੰ ਛੇੜਨਗੇ ਤਾਂ ਇਹ ਮੈਨੂੰ ਬਚਾ ਲੈਣਗੇ, ਪਰ ਇਹਨਾਂ ਤੋਂ ਮੈਨੂੰ ਕੌਣ ਬਚਾਊ? ਇਹ ਤਾਂ ਨਿੱਤ ਮੈਨੂੰ ਛੇੜਦੇ ਆ। ਉਹਨਾਂ ਨਾਲ ਮੱਥਾ ਲਾਉਣ ਤੋਂ ਪਹਿਲਾਂ ਇਹ ਤਾਂ ਦੇਖ ਲੈਣਾ ਸੀ ਕਿ ਤੁਹਾਡੇ ਪੱਟਾਂ ਜਿੱਡੇ ਜਿੱਡੇ ਉਹਨਾਂ ਦੇ ਡੋਲੇ ਆ। ਵੱਡੇ ਗਾਮਾ ਪਹਿਲਵਾਨ, ਇਹਨੇ ਮੇਰੇ ਪੱਟ ਕਦੋਂ ਦੇਖ ਲਏ? ਮੈਂ ਤਾਂ ਇਹਦੇ ਮੂਹਰੇ ਕਦੇ ਨਿੱਕਰ ਪਾ ਕੇ ਵੀ ਨਹੀਂ ਨਿਕਲਿਆ। ਯਾਰ ਇਹ ਤਾਂ ਸਾਹਿਬਾਂ ਨਾਲੋਂ ਵੀ ਸੈਲਫਿਸ਼ ਨਿਕਲੀ, ਉਧਰ ਤਾਂ ਮਿਰਜੇ ਦੀ ਧੂਕ ਸੀ ਟੋਣ ਲੱਗੀ ਹੋਈ ਸੀ ਤੇ ਬਗਾਨੇ ਦੇ ਡੋਲੇ ਨਾਪਣ ਲੱਗੀ ਹੋਈ ਸੀ। हां गोल्डी। ओ हेलो, प्रोड्यूसर दे ऑफिस में बोल रहे हैं, अपनी वीडियो कंफर्म हो गई है। ओ बल्ले बल्ले गोल्डी, कदों है शूटिंग? कदों की? अगले हफ्ते वीडियो शूट कर रहे हैं अपन। रब्बी कमाल है यार, खुशी भी उदों दिंदा जदों कोई आले दुआले उनु सांझी करन वाला नहीं हुंदा। काश मन्नत ते नीतू भी साडे पहले गाने दी शूटिंग ते साडे नाल हुंदियां, वधिया हुंदा ना। मैं भी सोचदा यार काश किते मेरी भी पलक नाल सेटिंग हो गई हुंदी। ਵੀਡੀਓ 'ਚ ਪਲਕ ਵੀ ਮੇਰੇ ਨਾਲ ਨਾਲ ਪਹਿਲਾਂ ਪਾਉਂਦੀ ਫਿਰਦੀ ਹੁੰਦੀ, ਪਰ ਉਹ ਜਾਣੇ ਕੋਈ ਗੱਲ ਨਹੀਂ ਯਾਰ, ਆਪਾਂ ਹੈਗੇ ਆ ਨਾ ਦੋਵੇਂ ਜਣੇ ਇੱਕ ਦੂਸਰੇ ਦਾ ਸਹਾਰਾ, ਤੇ ਤੀਜਾ ਸਾਡਾ ਰੱਬ। ਨਾ ਨਾ, ਪ੍ਰੋਡਿਊਸਰ ਜਿਹੜਾ ਆਪਣੇ 'ਤੇ ਪੈਸੇ ਲਾ ਰਿਹਾ। ਚਲੋ ਬਹੁਤ ਬਹੁਤ ਮੁਬਾਰਕਾਂ ਤੈਨੂੰ ਵੀ। ਗੁੱਸਾ ਨਾ ਕਰੋ ਭੁੱਲਰ ਸਾਹਿਬ, ਸਿਮਰਨ ਜੀ ਨੂੰ ਇੰਪ੍ਰੈਸ ਕਰਨ ਲਈ ਮੇਰੇ ਕੋਲ ਇੱਕ ਹੋਰ ਜ਼ਬਰਦਸਤ ਆਈਡੀਆ ਹੈ। ਰੱਬ ਦਾ ਵਾਸਤਾ ਆਪਣਾ ਆਈਡੀਆ ਏਅਰਟੈਲ ਵੋਡਾਫੋਨ ਆਪਣੇ ਕੋਲ ਹੀ ਰੱਖ। ਬਸ ਇੰਨੀ ਛੇਤੀ ਦਿਲ ਛੱਡ ਗਏ? ਆਸ਼ਕੀ 'ਚ ਤਾਂ ਆਸ਼ਕਾਂ ਨੂੰ 100 ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ। ਜਿੰਨੇ ਸਿਮਰਨ ਲਈ ਮੈਂ ਪਾਪੜ ਵੇਲੇ ਆ ਨਾ, ਇੰਨੇ ਤਾਂ ਹਲਦੀ ਰਾਮ ਨੇ ਵੀ ਨਹੀਂ ਵੇਲੇ ਹੋਣੇ। ਚਲੋ ਪਾਪੜਾਂ ਨੂੰ ਛੱਡੋ ਪਰਾਂ, ਆਪਾਂ ਕੋਈ ਨਵੀਂ ਕਹਾਣੀ ਬੁਣਦੇ। ਮੈਂ ਜਾਣਦਾ ਤੇਰੀਆਂ ਕਹਾਣੀਆਂ ਨੂੰ, ਇਹ ਸ਼ੁਰੂ ਸ਼ੁਰੂ 'ਚ ਤਾਂ ਰੋਮਾਂਟਿਕ ਹੁੰਦੀਆਂ ਨੇ ਤੇ ਐਂਡ ਤੱਕ ਜਾਂਦੀਆਂ ਜਾਂਦੀਆਂ ਐਕਸ਼ਨ 'ਚ ਬਦਲ ਜਾਂਦੀਆਂ ਨੇ ਤੇ ਉੱਤੋਂ ਸਾਲੀ ਕੁੱਟ ਵੀ ਹੀਰੋ ਦੇ ਪੈਂਦੀ ਹੈ। ਵੈਸੇ ਇਹਦੇ ਲਈ ਮੈਨੂੰ ਇਸ ਵਾਰ ਕੀ ਕਰਨਾ ਪਊ? ਤੁਹਾਨੂੰ ਸਿੰਪਥੀ ਲੈਣੀ ਪੈਣੀ ਹੈ। ਮੈਂ ਐਲੋਪੈਥੀ ਬਿਨਾਂ ਕੁਛ ਨਹੀਂ ਲੈਂਦਾ। ਉਹ ਪੂਰੀ ਗੱਲ ਮੇਰੀ ਸੁਣ ਤਾਂ ਲਓ, ਸਿਮਰਨ ਜੀ ਹੈਗੇ ਨੇ ਹੱਡੀਆਂ ਦੇ ਡਾਕਟਰ ਤੇ ਤੁਹਾਨੂੰ ਸਿਮਰਨ ਦੇ ਨੇੜੇ ਜਾਣ ਲਈ ਹੱਡੀਆਂ ਦੀ ਕੋਈ ਭੈੜੀ ਜੀ ਬਿਮਾਰੀ ਲੱਗਣ ਦੀ ਐਕਟਿੰਗ ਕਰਨੀ ਪੈਣੀ ਹੈ ਬਸ। ਐਕਟਿੰਗ ਵਾਲੀਆਂ ਤਾਂ ਲਿਆ ਦੂੰ ਮੈਂ ਨੇਰੀਆਂ। ਸਿਮਰਨ ਜੀ ਦੇ ਸਾਹਮਣੇ ਪਿੱਠ 'ਚ ਵਲ ਪੈਣ ਦੀ ਇਹੀ ਜੀ ਐਕਟਿੰਗ ਕਰੂੰ, ਇਹੀ ਜੀ ਐਕਟਿੰਗ ਕਰੂੰ ਕਿ ਅਵਲਾ ਤਾਂ ਮੈਨੂੰ ਐਕਸਰੇ ਕਰਾਉਣ ਨੂੰ ਕਹਿੰਦੇ ਨਹੀਂ। ਜੇ ਕਿਤੇ ਗਲਤੀ ਨਾਲ ਕਹਿ ਵੀ ਦਿੱਤਾ ਸਾਲਾ ਐਕਸਰੇ ਵੀ ਫਿਰ ਵਲਾਂ ਵਾਲਾ ਹੀ ਨਿਕਲੂ। ਇੱਕ ਵਾਰੀ ਸਿੰਪਥੀ ਮਿਲ ਲੈਣ ਦੇ, ਫਿਰ ਉਹ ਸਿੰਪਥੀ ਨੂੰ ਪਿਆਰ ਵਿੱਚ ਕਨਵਰਟ ਕਰਨ ਤੋਂ ਪ੍ਰੋਫੈਸਰ ਭੁੱਲਰ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਸ਼ਾਇਦ ਭੁੱਲਰ ਸਾਹਿਬ ਨੂੰ ਪਤਾ ਨਹੀਂ ਕਿ MBBS ਦੀ ਡਿਗਰੀ ਦੇ ਨਾਲ ਨਾਲ ਮੇਰੇ ਕੋਈ ਇੱਕ ਹੋਰ ਡਿਗਰੀ ਵੀ ਹੈ, ਥਰਡ ਡਿਗਰੀ।